ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਅਨਮੋਲ ਹੀਰੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ, ਜਿਨ੍ਹਾਂ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਦੀ ਰਿਹਾਈ ਦੀ ਜਿਹੜੀ ਗੱਲ ਹੈ ਚੱਲ ਰਹੀ ਹੈ, ਔਰ ਦੁਨੀਆ ਭਰ ਵਿੱਚ ਵਸਦੇ ਹੋਏ ਸਿੱਖ ਸਮੂਹ ਇਨਸਾਫ ਪਸੰਦ ਲੋਕ ਜਿਹੜੇ ਨੇ ਉਹਨਾਂ ਦੀ ਰਿਹਾਈ ਚਾਹੁੰਦੇ ਨੇ। ਜਿਹੜੇ ਸਾਡੇ ਬੰਦੀ ਸਿੰਘ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਰਿਹਾ ਹੋਣੇ ਚਾਹੀਦੇ ਆ। ਸੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਜਿਹੜੇ 95 ਤੋਂ ਜੇਲ੍ਹ ਚ ਨੇ, ਔਰ ਬਹੁਤ ਤਸ਼ੱਦਦ ਇਸ ਪਰਿਵਾਰ ਨੇ ਝੱਲਿਆ, ਉਹਨਾਂ ਦੇ ਪਿਤਾ ਜੀ ਦੇ ਉੱਤੇ ਜੋ ਕਹਿਰ ਹੋਇਆ, ਉਹਨਾਂ ਦੇ ਮਾਸੜ ਜੀ ਤੇ ਹੋਇਆ, ਹੋਰ ਪਰਿਵਾਰਕ ਰਿਸ਼ਤੇਦਾਰਾਂ ਤੇ ਹੋਇਆ, ਉਹ ਲੰਮੀਆਂ ਚੌੜੀਆਂ ਗੱਲਾਂ ਨੇ। ਪਰ ਅੱਜ ਅਸੀਂ ਪ੍ਰੋਫੈਸਰ ਭੁੱਲਰ ਸਾਹਿਬ, ਉਹਨਾਂ ਦੇ ਵਾਈਫ ਭੈਣ ਨਵਨੀਤ ਕੌਰ ਜੀ ਕੋਲ ਖੜੇ ਆ। ਮੈਂ ਇਹਨਾਂ ਦੇ ਮੂੰਹੋਂ ਇੱਕ ਬੇਨਤੀ ਕਰਕੇ ਪੁੱਛਣਾ ਚਾਹੁੰਦੇ ਹਾਂ ਅਸੀਂ ਕਿ ਹੁਣ ਜਿਹੜਾ ਪ੍ਰੋਫੈਸਰ ਭੁੱਲਰ ਦੀ ਰਿਹਾਈ ਹੈ ਭੈਣ ਜੀ, ਉਹ ਪਲੀਜ਼ ਤੁਸੀਂ ਦੱਸੋ ਕਿ ਕਿੱਥੇ ਅਟਕੀ ਹੋਈ ਹੈ, ਗੱਲ ਕਿੱਥੇ ਆ। ਜਿਹੜਾ ਹੁਣ ਲੋਕਾਂ ਚ ਇੱਕ ਗੱਲ ਹੈ, ਵੀਰ ਹਰਜੀਤ ਸਿੰਘ ਢਪਾਲੀ ਹੋਰਾਂ ਨੇ ਦਿਆਲਪੁਰਾ ਭਾਈਕਾ ਪਹੁੰਚ ਕੇ ਉੱਥੇ ਗੱਲ ਕੀਤੀ ਆ ਕਿ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਹੋ ਸਕਦੀ ਹੈ, ਸਿਰਫ ਤੇ ਸਿਰਫ ਕੇਜਰੀਵਾਲ ਜੀ ਹੋਰਾਂ ਦੇ ਸਾਇਨ ਨੇ ਜਿਹੜੇ ਉਹ ਬਾਕੀ ਨੇ। ਤੁਸੀਂ ਪਲੀਜ਼ ਆਪਣੇ ਮੂੰਹੋਂ ਥੋੜਾ ਜਿਹਾ ਸਪਸ਼ਟ ਸੰਗਤ ਤੱਕ ਦੱਸ ਦਿਓ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੀ ਰਿਹਾਈ ਤੇ ਫਾਈਲ ਜਿਹੜੀ ਦਿੱਲੀ ਗਈ ਹੋਈ ਆ ਜੀ, ਉਹ ਪਹਿਲਾਂ ਜਿਵੇਂ ਹੁਣੇ ਹੀ ਸਾਨੂੰ ਪਤਾ ਚੱਲਿਆ ਵੀ ਉਦੋਂ ਸਾਈਨ ਨਹੀਂ ਸੀ ਹੋਏ, ਪਰ ਜੇ ਉਦੋਂ ਨਹੀਂ ਹੋਏ ਤਾਂ ਹੁਣ ਉਹ ਪੇਪਰ ਦੁਬਾਰਾ ਫਾਈਲ ਸਾਰਾ ਕੁਝ ਗਿਆ, ਹੁਣ ਉਹਨਾਂ ਦੇ ਸਾਈਨ ਦਿੱਲੀ ਗਵਰਨਮੈਂਟ ਕੇਸ ਕਰਕੇ ਉਹਨਾਂ ਦੇ ਸਾਈਨ ਜੇ ਹੋਰ ਕਰ ਦੇਣ ਤੇ ਰਿਹਾਈ ਹੋ ਸਕਦੀ ਆ, ਤੇ ਦੂਜੀ ਗੱਲ ਉਹਨਾਂ ਤੋਂ ਵੀ ਹੋ ਸਕਦੀ ਆ ਤੇ ਸੈਂਟਰ ਸਰਕਾਰ ਵੀ ਕਰ ਸਕਦੀ ਆ, ਕਿਉਂਕਿ ਉਹਨਾਂ ਨੇ 550 ਸਾਲਾਂ ਤੇ ਅਨਾਉਂਸਮੈਂਟ ਕੀਤੀ ਸੀ ਜੀ। ਹਾਂਜੀ, ਜਿਹੜਾ ਵੀ ਸੰਗਤ ਨੂੰ ਬੇਨਤੀ ਕਰ ਰਿਹਾ ਵੀ ਅੱਜ ਭੈਣ ਉਹਨਾਂ ਨੇ ਵੀ ਆਪਣੇ ਮੂੰਹੋਂ ਦੱਸਤਾ ਕਿ ਅਸੀਂ ਤਾਂ ਇੱਥੇ ਕਾਫੀ ਟਾਈਮ ਇਹਨਾਂ ਦੀ ਜਿਹੜੀ ਪੂਰੀ ਹਿਸਟਰੀ ਸੁਣੀ ਆ, ਪਹਿਲਾਂ ਤਾਂ ਅਖਬਾਰਾਂ 'ਚ ਪੜ੍ਹਦੇ ਸੀ, ਅੱਜ ਇਹਨਾਂ ਦੀ ਜ਼ਬਾਨ ਤੋਂ ਸੁਣੀ ਆ ਵੀ ਰੂਹ ਕੰਬ ਜਾਂਦੀ ਆ। ਵੀ ਆਹ ਦੇਖੋ ਵੀ ਅਰਵਿੰਦ ਕੇਜਰੀਵਾਲ ਹੁਣਾਂ ਦੇ ਕੋਲ ਉਹਨਾਂ ਦੀ ਫਾਈਲ ਪਹੁੰਚੀ ਆ ਭੈਣ ਹੁਣੇ। ਹੁਣ ਜਿਹੜੇ ਬੰਦੇ ਗੱਲਾਂ ਕਰਦੇ ਸੀ, ਮੈਂ ਉਹਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਕਹਿੰਦੇ ਸੀ ਅੱਜ ਹੀ ਗੱਲ ਕਾਹਤੋਂ ਚੁੱਕੀ, ਵੀ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ, ਪਹਿਲਾਂ ਸਾਨੂੰ ਤਾਂ ਕੀ ਪਤਾ ਹੋਣਾ, ਆਹ ਭੈਣ ਜਿਨ੍ਹਾਂ ਨੇ ਸਿਰਫ 3 ਮਹੀਨੇ ਹੋਏ ਸੀ ਵਿਆਹ ਹੋਏ ਨੂੰ ਭੈਣ ਦੇ, ਤੇ ਇਹਨਾਂ ਨੂੰ ਹੁਣ ਪਤਾ ਲੱਗਿਆ ਵੀ ਅਰਵਿੰਦ ਕੇਜਰੀਵਾਲ ਹੋਣਾ ਨੇ 11 ਦਸੰਬਰ 2020 ਨੂੰ ਫਾਈਲ ਆ ਜਿਹੜੀ ਰਿਜੈਕਟ ਕਰਤੀ ਸੀ। ਆਮ ਲੋਕਾਂ ਨੂੰ ਤਾਂ ਕੀ ਪਤਾ ਲੱਗਣਾ, ਇਹਨਾਂ ਨੂੰ ਵੀ ਹੁਣ ਪਤਾ ਲੱਗਿਆ, ਦੁਬਾਰੇ ਫਿਰ ਡਾਕੂਮੈਂਟ ਆ ਜਿਹੜੇ ਤਿਆਰ ਹੋ ਗਏ, ਦੁਬਾਰੇ ਫਿਰ ਕੇਜਰੀਵਾਲ ਤੱਕ ਪਹੁੰਚ ਚੁੱਕੇ ਆ। ਜੇ ਹੁਣ ਵੀ ਉਹਦੇ ਅੰਦਰ ਇਮਾਨਦਾਰੀ ਆ, ਅਰਵਿੰਦ ਕੇਜਰੀਵਾਲ ਦੇ ਅੰਦਰ ਜੇ ਹੁਣ ਵੀ ਪਿਆਰ ਆ ਤੇ ਇਮਾਨਦਾਰ ਆ, ਜੋ ਬਾਕੀ ਕਹਿੰਦੇ ਵੀ ਲੋਕਾਂ ਨੂੰ ਇਨਸਾਫ਼ ਦਵਾਊਂਗਾ, ਅੱਜ ਦਿੱਲੀ ਚ ਪਾਵਰ ਆ ਉਹਦੇ ਕੋਲੇ, ਜੇ ਅੱਜ ਇਸ ਬੇਇਨਸਾਫ ਇੰਨੇ ਧੱਕਾ ਜਿਹੜੇ ਪਰਿਵਾਰ ਨਾਲ ਹੋਇਆ, ਪਹਿਲਾਂ ਜਿਹੜਾ ਹੈਗਾ ਸਮੇਂ ਦੀਆਂ ਹਕੂਮਤਾਂ ਨੇ ਸੈਣੀ ਹੋਣਾਂ ਨੇ ਕਹਿਰ ਕੀਤਾ ਇਸ ਪਰਿਵਾਰ ਤੇ, ਅੱਜ ਦਵਿੰਦਰਪਾਲ ਸਿੰਘ ਭੁੱਲਰ ਕੈਦ ਵਿੱਚ ਆ, ਜੇਲ੍ਹ ਵਿੱਚ ਆ, ਅੱਜ ਅਰਵਿੰਦ ਕੇਜਰੀਵਾਲ ਦੇ ਸੈਨਾ ਨਾਲ ਛੱਡਿਆ ਜਾ ਸਕਦਾ ਤੇ ਨਹੀਂ। ਦੂਸਰੀ ਬੇਨਤੀ ਜਿਹੜੀ ਹੈਗੀ ਆ, ਜਿਵੇਂ ਭੈਣ ਹੁਣ ਦੱਸਿਆ, ਜਿਹਨੇ ਸਾਨੂੰ ਦੱਸਿਆ ਵੀ ਸੈਂਟਰ ਨੇ ਜਿਹੜੇ 2019 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਸਟੇਟਾਂ ਨੂੰ ਅਧਿਕਾਰ ਦਿੱਤੇ ਸੀ ਵੀ ਸਟੇਟ ਦਾ ਮੁੱਖ ਮੰਤਰੀ, ਜਿਹੜੇ ਕਹਿੰਦੇ ਨੇ ਵੀ ਕੇਜਰੀਵਾਲ ਕੋਲੇ ਪਾਵਰ ਨਹੀਂ, ਸੈਂਟਰ ਨੇ ਇੱਕ ਸਰਕੂਲਰ ਜਾਰੀ ਕਰਕੇ ਸਬੰਧਤ ਸਟੇਟਾਂ ਦੇ ਮੁੱਖ ਮੰਤਰੀ ਨੂੰ ਪਾਵਰ ਦਿੱਤੀ ਸੀ ਵੀ ਉਹ ਕੈਦੀਆਂ ਦੀ ਰਿਹਾਈ ਕਰ ਸਕਦੇ ਆ। ਹੁਣ ਇਹਦੇ ਵਿੱਚ ਜੇ ਕੇਜਰੀਵਾਲ ਨਹੀਂ ਕਰਦਾ ਤਾਂ ਆਪਾਂ ਦੂਸਰੀ ਮੰਗ ਇਹ ਕਰਦੇ ਆ ਵੀ ਇਹ ਜਿਹੜਾ ਸਰਕੂਲਰ ਜਾਰੀ ਕੀਤਾ ਸੀ ਉਹ ਵਾਪਸ ਲੈ ਕੇ ਡਾਇਰੈਕਟ ਸੈਂਟਰ ਮੁੱਖ ਮੰਤਰੀਆਂ ਨੂੰ ਬਾਈਪਾਸ ਕਰਕੇ ਜਿਹੜਾ ਭੁੱਲਰ ਸਾਹਿਬ ਹੁਣਾਂ ਨੂੰ ਤੇ ਬਾਕੀ ਬੰਦੇ ਨੂੰ ਰਿਹਾਈ ਕਰ ਸਕਦੀ ਆ। ਸੋ ਇਸ ਲਈ ਜਿਹੜੇ ਭਰਾ ਨੂੰ ਇੱਕ ਹੋਰ ਬੇਨਤੀ, ਜਿਹੜੇ ਭੁਲੇਖਾ ਖਬਰ ਨੂੰ ਇਹ ਹੁੰਦਾ ਵੀ ਇੱਕ ਰਾਜਨੀਤਿਕ ਸਟੰਟ ਆ ਜਾਣਾ, ਇਹਨਾਂ ਨੇ ਚੋਣਾਂ ਚ ਆਉਣਾ ਹੋਊ ਕਮਲ, ਜਿਸ ਪਰਿਵਾਰ ਨੇ ਆਪਣਾ ਸਾਰਾ ਕੁਝ ਇੱਥੋਂ ਦੇ ਤੰਤਰ ਨੇ ਖੋਲਿਆ, ਭੈਣ ਹੁਣਾਂ ਦੇ ਸਹੁਰਾ ਸਾਹਿਬ ਤੇ ਇਹਨਾਂ ਦੇ ਮਾਸੜ ਜੀ, ਹੋਰ ਪਰਿਵਾਰ ਦੇ ਜਿਹੜੇ ਜੰਗ ਬੱਚੇ ਸੀਗੇ ਉਹਨਾਂ ਟਾਈਮਾਂ ਚ ਉਹਨਾਂ ਤਸ਼ੱਦਦ ਹੋਇਆ, ਆਪਾਂ ਪਰਿਵਾਰਾਂ ਵਾਲਿਆਂ ਆਪਾਂ ਨੂੰ ਪਤਾ ਇਹਨਾਂ ਦਿਲ ਤੇ ਕੀ ਬੀਤਦੀ ਆ ਜਦੋਂ ਸਾਰਾ ਕੁਝ ਉੱਜੜ ਜਾਵੇ। ਸੋ ਬੇਨਤੀ ਅੱਜ ਪ੍ਰੋਫੈਸਰ ਭੁੱਲਰ ਸਾਹਿਬ ਆਪਣੇ ਪਰਿਵਾਰ ਚ ਆ ਸਕਦੇ ਆ, ਇਹ ਭੈਣ ਨੂੰ ਆਪਣੀ ਭੈਣ ਮੰਨ ਕੇ ਆਪਦੇ ਦਿਲ ਤੇ ਅੰਦਰ ਮਨੁੱਖੀ ਮਨ ਨਾਲ ਸੋਚ ਕੇ ਵੇਖੋ ਵੀ ਸਿਰਫ 3 ਮਹੀਨੇ ਹੋਏ ਹੁਣ ਵਿਆਹ ਨੂੰ ਤੇ ਉਹ 1995 ਤੋਂ ਲੈ ਕੇ ਅੱਜ ਤੱਕ 2022 ਚੱਲ ਰਿਹਾ ਤੇ ਇਹ ਭੈਣ ਕਿਹੜੇ ਹਾਲਾਤਾਂ 'ਚ ਦਿਨ ਕੱਟ ਰਹੀ ਆ। ਸੋ ਬੇਨਤੀ ਆ ਸਾਰੇ ਆਪਾਂ ਆਵਾਜ਼ ਬੰਦ ਕਰੀ ਵਾਲੇ, ਹੁਣ ਇਹ ਸ਼ੁਰੂਆਤ ਹੋਈ ਆ। ਅਸੀਂ ਕੱਲ ਬੇਨਤੀ ਕੀਤੀ ਸੀ ਫਿਰੋਜ਼ਪੁਰ ਦਿਹਾਤੀ ਤੋਂ ਇੱਕ ਜਿਹੜਾ ਉਮੀਦਵਾਰ ਸੀ ਆਮ ਆਦਮੀ ਪਾਰਟੀ ਦਾ ਆਸ਼ੂ ਬਾਂਗੜ, ਉਹਨੇ ਵੀ ਇਸ ਰੋਸ ਵਜੋਂ ਕਿ ਅਰਵਿੰਦ ਕੇਜਰੀਵਾਲ ਆ ਜਿਹੜੇ ਉਹ ਰਿਹਾਈ ਨਹੀਂ ਕਰ ਰਹੇ, ਦਵਿੰਦਰਪਾਲ ਭੁੱਲਰ ਦੀ ਸਾਈਨ ਨਹੀਂ ਕਰ ਰਹੇ, ਇਸ ਰੋਸ ਵਜੋਂ ਉਹਨਾਂ ਨੇ ਰੋਸ ਵਜੋਂ ਉਮੀਦਵਾਰੀ ਵੀ ਛੱਡਤੀ ਆ ਤੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਉਮੀਦਵਾਰ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਸੰਗਤ ਨੇ ਸਵਾਲ ਵੀ ਕਰਨੇ ਸ਼ੁਰੂ ਕੀਤੇ ਆ। ਇਹ ਲਹਿਰ ਰੁਕੇਗੀ ਨਹੀਂ, ਅਸੀਂ ਹਰ ਹਲਕੇ 'ਚ ਜਾਵਾਂਗੇ,
ਪਿੰਡਾਂ ਵਿੱਚ ਅਨਾਊਂਸਮੈਂਟਾਂ ਕਰਾਵਾਂਗੇ, ਬੇਨਤੀਆਂ ਕਰਾਂਗੇ ਕਿ ਕੇਜਰੀਵਾਲ ਦੀ ਜਿਹੜੀ ਬੇਈਮਾਨੀਆਂ ਲੋਕਾਂ ਸਾਹਮਣੇ ਲੈ ਕੇ ਆਵਾਂਗੇ। ਸੋ ਦਾਤਾ ਰਹਿਮਤ ਕਰੇ, ਲੋਕ ਇੱਕ ਮੁੱਠ ਹੋਈਏ, ਇਸ ਪਰਿਵਾਰ ਨੂੰ ਇਨਸਾਫ ਦਵਾਈਏ ਜਿਹਦੇ ਨਾਲ ਹੁਣ ਤੱਕ ਧੱਕਾ ਹੋਇਆ, ਜਿਨ੍ਹਾਂ ਤੇ ਹੁਣ ਤੱਕ ਜ਼ਬਰ ਹੋਇਆ, ਜ਼ੁਲਮ ਹੋਇਆ। ਸੋ ਆਖਰੀ ਜ਼ਿੰਦਗੀ ਦੇ ਪੜਾਅ ਨੇ, ਸਰੀਰ ਕਰਕੇ ਉਹ ਪਿੰਜਿਆ ਪਿਆ ਪ੍ਰੋਫੈਸਰ ਭੁੱਲਰਾ ਜਿਹੜਾ ਮਾਨਸਿਕ ਤੌਰ ਤੇ ਟੁੱਟਿਆ ਪਿਆ, ਟ੍ਰੀਟਮੈਂਟ ਉਹਨਾਂ ਚੱਲ ਰਿਹਾ। ਸੋ ਆਪਦੇ ਪਰਿਵਾਰ ਚ ਆ ਜੇ, ਭੈਣ ਹੋਣਾ ਨੇ ਦੱਸਿਆ ਜਦੋਂ ਪੈਰੋਲ ਮਿਲੀ ਇੱਥੇ ਘਰ ਦਾ ਖਾਣਾ ਮਿਲਦਾ ਸੀ, ਘਰ ਦਾ ਮਾਹੌਲ ਸੀ, ਤਾਂ ਉਹਨਾਂ ਦੀ ਸਿਹਤ ਵਿੱਚ ਬੜੀ ਜਲਦੀ ਤੇਜ਼ੀ ਨਾਲ ਸੁਧਾਰ ਹੋਇਆ ਸੀ। ਪਰ ਫਿਰ ਸਮੇਂ ਦੀਆਂ ਹਕੂਮਤਾਂ ਨੇ ਅੰਦਰ ਜਕੜ ਦਿੱਤਾ, ਹੁਣ ਜੇ ਮੌਕਾ ਬਣਿਆ ਤੇ ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਬੇਈਮਾਨੀਆਂ ਛੱਡ ਕੇ ਉਹਨਾਂ ਦੀ ਫਾਈਲ ਤੇ ਸਾਈਨ ਕਰਨ, ਦੁਬਾਰੇ ਫਿਰ ਉਹ ਤੱਕ ਫਾਈਲ ਪਹੁੰਚ ਚੁੱਕੀ ਆ ਤੇ ਹੁਣ ਰਿਹਾਈ ਹੋਵੇ। ਆਪਾਂ ਸਾਰੇ ਆਵਾਜ਼ ਬੰਦ ਕਰੀਏ ਧੜਿਆਂ ਤੋਂ, ਰਾਜਨੀਤਿਕ ਬਖੇਵਿਆਂ ਤੋਂ। ਵੋਟ ਜਿਹਨੂੰ ਪਾਉਣੀਆਂ ਪਾ ਦਿਓ, ਪਰ ਯਾਰ ਜਿਹੜਾ ਬੰਦਾ ਸ਼ਰੇਆਮ ਇੱਕ ਪਰਿਵਾਰ ਦੀ ਪੂਰੇ ਜਿਹੜਾ ਇਨਸਾਨੀਅਤ ਦੀ ਕਹਿ ਲਓ ਇਨਸਾਫ ਦਾ ਗਲਾ ਘੁੱਟ ਰਿਹਾ, ਤੇ ਉਹਨੂੰ ਅਸੀਂ ਸਵਾਲ ਤਾਂ ਕਰੀਏ ਨਾ। ਅਸੀਂ ਜੇ ਬਾਦਲਾਂ ਨੂੰ ਸਵਾਲ ਕਰਦੇ ਹਾਂ, ਕੈਪਟਨਾਂ ਨੂੰ ਸਵਾਲ ਕਰਦੇ ਹਾਂ, ਕਾਂਗਰਸੀ ਨੂੰ ਸਵਾਲ ਕਰਦੇ ਹਾਂ, ਕੇਜਰੀਵਾਲ ਕੋਈ ਰੱਬ ਤਾਂ ਨਹੀਂ ਨਾ ਹੈਗਾ ਜਦੋਂ ਸਾਡੇ ਕੋਲ ਪੰਜਾਬ ਦੇ ਅੱਜ ਉਹਦੇ ਕੋਲੇ ਪਾਵਰ ਆ, ਪੰਜਾਬ ਦੀ ਪਾਵਰ ਹੈ ਨਹੀਂ। ਪੰਜਾਬ ਦੀ ਪਾਵਰ ਨਾ ਹੋਣ ਦੇ ਬਾਵਜੂਦ ਇੱਕ ਪੰਜਾਬ ਦੇ ਦਵਿੰਦਰਪਾਲ ਸਿੰਘ ਭੁੱਲਰ ਦੇ ਨਾਲ ਇਨਸਾਫ ਨਹੀਂ ਕਰ ਰਿਹਾ, ਤੇ ਭਵਿੱਖ ਚ ਉਹਨੂੰ ਕੀ ਉਮੀਦ ਕਰ ਸਕਦੇ ਹੋ। ਇਸ ਲਈ ਬੇਨਤੀ ਆ, ਇਹਨੂੰ ਤਕੜੇ ਹੋ ਕੇ ਆਪਾਂ ਇਸ ਲਹਿਰ ਨੂੰ ਇਸ ਗਲੀ ਗਲੀ ਮੁਹੱਲੇ ਮੁਹੱਲੇ ਲੈ ਕੇ ਜਾਈਏ, ਸਾਰਿਆਂ ਦੇ ਅੰਦਰ ਉਹੀ ਆਵਾਜ਼ ਉੱਠੇ ਕਿ ਪ੍ਰੋਫੈਸਰ ਦਵਿੰਦਰਪਾਲ ਜਲਦੀ ਤੋਂ ਜਲਦੀ ਆਪਣੇ ਘਰ ਆਵੇ। ਇਹੋ ਬੇਨਤੀ ਆ ਦਾਤਾ ਰਹਿਮਤ ਕਰੇ। ਇਹਦੇ ਇਹ ਹੈ ਜੀ, ਬਸ ਇੱਕ ਲਹਿਰ ਬਣਾ ਦਈਏ ਆਪਾਂ ਘੱਟੋ ਘੱਟ, ਵੀ ਜਾਂ ਤਾਂ ਕੇਜਰੀਵਾਲ ਪੰਜਾਬ ਦੇ ਵਿੱਚ ਬੜੂ ਹੀ ਤਾਂ, ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲੀ ਜਿਹੜੀ ਫਾਈਲ ਹੈ ਉਹ ਤੇ ਸਾਈਨ ਕਰਕੇ ਉਹ ਰਿਹਾਈ ਕਰਵਾਉਂਦਾ, ਉਹ ਤਾਂ ਪੰਜਾਬ ਦੇ ਵਿੱਚ ਵੜ ਸਕਦਾ। ਨਹੀਂ ਤਾਂ ਜੇ ਆਪਾਂ ਗੁਰੂ ਨੂੰ ਪਿਆਰ ਕਰਦੇ ਹਾਂ, ਮਨੁੱਖਤਾ ਨੂੰ ਪਿਆਰ ਕਰਦੇ ਹਾਂ, ਇਹ ਮਸਲਾ ਇਕੱਲੇ ਸਿੱਖਾਂ ਨਾਲ ਵੀ ਸੰਬੰਧਿਤ ਨਹੀਂ। ਮੈਂ ਸੁਹਿਰਦ ਹਿੰਦੂ ਵੀਰਾਂ ਨੂੰ, ਮੁਸਲਿਮ ਭਰਾਵਾਂ ਨੂੰ ਕਿ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਆਪਾਂ ਇੱਕ ਮਨੁੱਖਤਾ ਪੱਖੀ ਹੋਣ ਦਾ ਜਿਹੜਾ ਆਪਣੀ ਜ਼ਿੰਮੇਵਾਰੀ ਨਿਭਾਈਏ। ਕੇਜਰੀਵਾਲ ਪੰਜਾਬ ਦੇ ਵਿੱਚ ਤਾਂ ਵੜ ਸਕਦਾ ਜੇ ਉਹ ਸਾਈਨ ਕਰਕੇ ਸਾਡੇ ਵੀਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰਾਉਣ ਦੇ ਵਿੱਚ ਯੋਗਦਾਨ ਨਿਭਾਊਗਾ। ਜੇ ਉਹਨਾਂ ਨੇ ਇੱਥੇ ਬੇਈਮਾਨੀ ਕੀਤੀ ਤਾਂ ਪੰਜਾਬ ਦੇ ਅਣਖੀਲੇ ਲੋਕ ਉਹਨੂੰ ਪੰਜਾਬ ਦੇ ਵਿੱਚ ਨਹੀਂ ਵੜਨ ਦੇਣਗੇ, ਤੇ ਇਹਨਾਂ ਦੇ ਕੈਂਡੀਡੇਟਾਂ ਨੂੰ ਸਵਾਲ ਪੁੱਛਣੇ ਸ਼ੁਰੂ ਹੋ ਗਏ। ਤੇ ਬਾਕੀ ਮੈਂ ਜਿਹੜੀ ਜ਼ਰੂਰੀ ਗੱਲ ਕਹਿਣੀ ਚਾਹੁੰਦਾ, ਭੈਣ ਨਵਨੀਤ ਕੌਰ, ਇਹਨਾਂ ਦੇ ਸਬਰ ਨੂੰ, ਇਹਨਾਂ ਦੇ ਸਿਦਕ ਨੂੰ ਸਲਿਊਟ ਕਰਨਾ ਬਣਦਾ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਕਿ 3 ਮਹੀਨੇ ਮੈਰਿਜ ਹੋਈ ਹੋਵੇ, ਉਸ ਤੋਂ ਬਾਅਦ ਲਗਾਤਾਰ ਕਹਿਰ ਦਾ ਤਸ਼ੱਦਦ ਦਾ ਸਾਹਮਣਾ ਬੜੇ ਹੌਸਲੇ ਨਾਲ ਭੈਣ ਜੀ ਉਹਨਾਂ ਨੇ ਕੀਤਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਕਿ ਆਪਾਂ ਦ੍ਰਿੜਤਾ ਦੇ ਨਾਲ, ਜਿਵੇਂ ਸੰਗਤ ਵਿੱਚ ਐਡੀ ਪਾਵਰ ਹੈ, ਜਦੋਂ ਪ੍ਰੋਫੈਸਰ ਭੁੱਲਰ ਸਾਹਿਬ ਦੀ ਫਾਂਸੀ ਦੀ ਸਜ਼ਾ ਹੋਈ ਸੀ ਤਾਂ ਦੁਨੀਆਂ ਭਰ ਵਿੱਚ ਵਸਦੇ ਹੋਏ ਇਨਸਾਫ ਪਸੰਦ ਲੋਕਾਂ ਨੇ ਉਸ ਵਕਤ ਹਸਤਾਖਰ ਮੁਹਿੰਮ ਚਲਾਈ, ਤੇ ਹਸਤਾਖਰ ਮੁਹਿੰਮ ਦੇ ਵਿੱਚ ਅਸੀਂ 250 ਪੰਚਾਇਤਾਂ ਦੇ ਮਤੇ ਤੇ 50,000 ਹਸਤਾਖਰ ਸੰਗਰੂਰ ਜ਼ਿਲ੍ਹੇ ਚੋਂ, ਵੀਰ ਹਰਜੀਤ ਸਿੰਘ ਢਪਾਲੀ ਉਹਨਾਂ ਨੇ 49 ਪੰਚਾਇਤਾਂ ਦੇ ਮਤੇ ਤੇ ਕਈ ਹਸਤਾਖਰ ਜਿਹੜੇ ਬਠਿੰਡੇ ਜ਼ਿਲ੍ਹੇ ਚੋਂ ਕਰਵਾ ਕੇ ਭੇਜੇ, ਤੇ ਮੈਂ ਕਹਿੰਦਾ ਫੋਰਨ ਚੋਂ ਵੀ ਉਦੋਂ ਬਹੁਤ ਜ਼ਿਆਦਾ ਭੈਣ ਜੀ ਚੱਲਿਆ ਸੀਗਾ। ਤਾਂ ਉਸ ਕਰਕੇ ਤੇ ਹੁਣ ਵੀ ਆਪਾਂ ਇੱਕ ਇਹ ਲਹਿਰ ਬਣਾ ਦਈਏ ਬਸ ਕਿ ਸਾਈਨ ਕਰੋ ਜੀ ਇਸ ਫਾਈਲ ਦੇ ਉੱਤੇ, ਤੇ ਪ੍ਰੋਫੈਸਰ ਸਾਹਿਬ ਨੂੰ ਰਿਹਾ ਕਰੋ, ਆਪਣੇ ਘਰ ਵਿੱਚ ਆਉਣ, ਤੇ ਤਾਂ ਤੁਸੀਂ ਇੱਥੇ ਜਨਤਕ ਤੌਰ ਤੇ ਰੈਲੀਆਂ ਸ਼ਰੇਆਮ ਕਰ ਸਕੋਗੇ, ਨਹੀਂ ਤੁਹਾਨੂੰ ਸਾਰੇ ਪਾਸੋਂ ਜਿਹੜਾ ਵਿਰੋਧ ਹੈ। ਜਿਹੜੇ ਕਾਫੀ ਜਿਹੜੇ ਲੀਡਰ ਨੇ ਆਮ ਆਦਮੀ ਪਾਰਟੀ ਦੇ, ਕੱਲ ਤੋਂ ਲਗਾਤਾਰ ਉਹਨਾਂ ਨੇ ਫੋਨ ਵੀ ਕੀਤੇ, ਜਿਹੜੇ ਹੈਗੇ ਨੇ ਬਾਕੀ ਸਮਝ ਜਿਹਨੇ ਦਰਦਾ, ਉਹਨਾਂ ਨੇ ਵੀ ਕਿਹਾ ਸੀ ਪਾਰਟੀ ਦੇ ਅੰਦਰ ਹੈ ਕਿ ਜਿਹੜਾ ਹੈਗਾ ਪਾਰਟੀ ਪਲੇਟਫਾਰਮ ਤੇ ਗੱਲ ਅਸੀਂ ਚੱਕਾਂਗੇ। ਤੇ ਇਸ ਲਈ ਮੈਂ ਇਹਨੂੰ ਹੌਲੇ ਚ ਨਾ ਲਵੇ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਦੀ ਗੱਲ ਆਈ ਟੇਕ ਜੂ, ਅਸੀਂ ਟਿਕਾਂਗੇ ਨਹੀਂ, ਘਰੇ ਨਹੀਂ ਬੈਠਾਂਗੇ। ਇੱਥੋਂ ਦੀ ਹਕੂਮਤ ਨੇ ਜਿਹੜਾ ਇੱਥੇ ਕਹਿਰ ਕੀਤੇ ਪਰਿਵਾਰ ਉਜਾੜ ਤਾ, ਤੁਸੀਂ ਮੈਂ ਕਹਿੰਦਾ 10 ਮਿੰਟ ਬਹਿ ਕੇ ਭੈਣ ਨਵਨੀਤ ਕੌਰ ਹੋਣ ਦੀਆਂ ਗੱਲਾਂ ਸੁਣ ਲਓ, ਜੇ ਪੱਥਰ ਤੋਂ ਪੱਥਰ ਦਿਲ ਵੀ ਜੇ ਨਾ ਪਿਘਲ ਗਿਆ ਤੇ ਮੈਨੂੰ ਨੀਵੇਂ ਥਾਂ ਬਿਠਾ ਦਿਓ। ਇਸ ਲਈ ਅੰਦਰ ਜਿਹਦੇ ਦਰਦ ਆ, ਜਿਹਦੇ ਅੰਦਰ ਮਾੜੀ ਮੋਟੀ ਇਨਸਾਨੀਅਤ ਆ, ਉਹ ਜ਼ਰੂਰ ਇਸ ਲਹਿਰ ਵਿੱਚ ਸ਼ਾਮਲ ਹੋਵੇ। ਆਪਾਂ ਘਰ ਘਰ ਇਹ ਗੱਲ ਲੈ ਕੇ ਜਾਣੀ ਆ ਵੀ ਕੇਜਰੀਵਾਲ ਪ੍ਰੋਫੈਸਰ ਦਵਿੰਦਰਪਾਲ ਨੂੰ ਰਿਹਾ ਕਰ, ਅੱਜ ਤੇਰੇ ਤੱਕ ਉਹ ਫਾਈਲ ਪਹੁੰਚੀ ਆ, ਸਿਗਨੇਚਰ ਕਰ, ਰਿਹਾ ਕਰ। ਤੇ ਜਿਹੜੇ ਲੋਕ ਕਹਿੰਦੇ ਆ ਗੱਲ ਫੇਕ ਆ, ਐਵੇਂ ਆ, ਆ ਭੈਣ ਸਾਡੇ ਨਾਲ ਖੜੀ ਆ, ਇਹਨਾਂ ਦੀ ਜ਼ੁਬਾਨ ਤੋਂ ਤੁਸੀਂ ਸੁਣ ਲਿਆ, ਤੇ ਬਾਕੀ ਫਿਰ ਵੀ ਹਲੇ ਨੀ ਜੇ ਇਹਨੂੰ ਭੁਲੇਖਾ, ਜਿੱਥੇ ਮਰਜ਼ੀ ਰਾਘਵ ਚੱਡਾ ਕੇ ਬੈਠ ਜਾਏ, ਅਰਵਿੰਦ ਕੇਜਰੀਵਾਲ ਆ ਜਾਣ ਤੇ ਇਹ ਭਗਵੰਤ ਮਾਨ ਆ ਜੇ, ਭੈਣ ਹੁਣ ਦੋ ਇਹਨਾਂ ਦੇ ਸਵਾਲਾਂ ਦੇ ਜਵਾਬ ਦੇ ਦੇਣ, ਤੇ ਫਿਰ ਭਾਵੇਂ ਤੁਸੀਂ ਧਰਤੀ ਚ ਕੱਢ ਦਿਓ ਜਿਹੜੇ ਗੱਲਾਂ ਕਰਦੇ ਆ। ਤੁਸੀਂ ਵੋਟਾਂ ਮਗਰ, ਲੀਡਰਾਂ ਮਗਰ ਨਾ ਲੱਗੋ, ਇਨਸਾਨੀਅਤ ਆ ਜਿਹਦੇ ਅੰਦਰ ਦਰਦ ਆ, ਉਹ ਜ਼ਰੂਰ ਆਵਾਜ਼ ਬੁਲੰਦ ਕਰੇ। ਸੋ ਕੇਜਰੀਵਾਲ ਇਸ ਗੱਲ ਨੂੰ ਹਲਕੇ ਜਾਣ ਲਵੇ, ਅਸੀਂ ਘਰ ਘਰ ਜਾਵਾਂਗੇ, ਪੰਜਾਬ ਦਾ ਭਾਵੇਂ ਅਸੀਂ ਕੋਈ ਪਿੰਡ ਨਹੀਂ ਛੱਡਾਂਗੇ, ਇਹ ਗੱਲ ਨੂੰ ਲੈ ਕੇ ਜਾਵਾਂਗੇ ਪ੍ਰੋਫੈਸਰ ਭੁੱਲਰ ਨੂੰ ਅਸੀਂ ਬਾਹਰ ਲਿਆਉਣ ਦੇ ਲਈ, ਰਿਹਾਈ ਕਰਾਉਣ ਦੇ ਲਈ, ਕਿਉਂਕਿ ਆਹੀ ਮੌਕਾ ਪ੍ਰੈਸ਼ਰ ਬਿਲਡ ਕਰਾਂਗੇ, ਪ੍ਰੈਸ਼ਰ ਪਾਵਾਂਗੇ। ਦਾਦਾ ਰਹਿਮਤ ਕਰੇ, ਸੰਗਤ ਸਾਥ ਦੇਵੇ, ਲਹਿਰ ਬਣੇਗੀ ਤੇ ਭੁੱਲਰ ਸਾਹਿਬ ਬਾਹਰ ਆਉਣਗੇ। ਇਹ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।